ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਦੀਨਾਨਗਰ ਵਿਆਹ ਦੇ ਮੰਡਪ ਵਿੱਚ ਲੜਕੀ ਨੇ ਸ਼ਰੇਆਮ ਲੜਕੇ ਨਾਲ ਫੇਰੇ ਲੈਣ ਤੋਂ ਸਿਰਫ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਲੜਕਾ ਲੜਖੜਾ ਰਿਹਾ ਸੀ। ਕੀ ਇਹ ਪੂਰਾ ਮਾਮਲਾ ਦੇਖਦੇ ਹਾਂ ਇਸ ਰਿਪੋਰਟ ਵਿੱਚ। ਦੀਨਾਨਗਰ ਵਿਆਹ ਦੇ ਮੰਡਪ 'ਚ ਇੱਕ ਲੜਕੀ ਨੇ ਸ਼ਰੇਆਮ ਲੜਕੇ ਨਾਲ ਫੇਰੇ ਲੈਣ ਤੋਂ ਸਿਰਫ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਲੜਖੜਾ ਰਿਹਾ ਸੀ। ਦਰਅਸਲ ਦੀਨਾਨਗਰ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਕਮਲ ਸਿੰਘ ਦੀ ਬੇਟੀ ਸੁਨੀਤਾ ਦਾ 1 ਮਹੀਨਾ ਪਹਿਲਾਂ ਮੁਕੇਰੀਆ ਦੇ ਪਿੰਡ ਖਾਨਪੁਰ ਦੇ ਜਸਪ੍ਰੀਤ ਸਿੰਘ ਨਾਲ ਰਿਸ਼ਤਾ ਤੈਅ ਹੋਇਆ ਸੀ। ਪ੍ਰਾਈਵੇਟ ਨੌਕਰੀ ਕਰਨ ਵਾਲੀ ਸੁਨੀਤਾ ਨੇ ਕਿਹਾ ਹੈ ਕਿ ਐਤਵਾਰ ਨੂੰ ਉਸ ਦਾ ਵਿਆਹ ਸੀ। ਸਥਾਨਕ ਗੁਰਦੁਆਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 'ਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਜਦੋਂ ਲੜਕੇ ਪੱਖ ਵਾਲੇ ਬਰਾਤ ਲੈ ਕੇ ਉੱਥੇ ਪੁੱਜੇ ਤਾਂ ਲਾੜੇ ਨੇ ਕਾਰ 'ਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਇਸ ਬਾਅਦ ਲਾੜੇ ਨੂੰ ਛੁਹਾਰਾ ਲਗਾਉਣ ਦੀ ਰਸਮ ਵੀ ਕਾਰ ਵਿੱਚ ਹੀ ਪੂਰੀ ਕੀਤੀ ਗਈ। ਫਿਰ ਆਨੰਦ ਕਾਰਜ ਲਈ ਲੜਕੇ ਨੂੰ ਬੁਲਾਇਆ ਗਿਆ ਤਾਂ ਉਹ ਲੜਖੜਾ ਕੇ ਚੱਲ ਰਿਹਾ ਸੀ। ਪੁੱਛਣ ਤੇ ਲੜਕੇ ਵਾਲਿਆਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਦੀ ਲੱਤ ਤੇ ਸੱਟ ਲੱਗੀ ਹੋਈ ਹੈ, ਇਸ ਲਈ ਉਹ ਇਸ ਤਰ੍ਹਾਂ ਚੱਲ ਰਿਹਾ ਹੈ। ਬਾਅਦ ਵਿੱਚ ਲੜਕੀ ਪੱਖ ਵੱਲੋਂ ਲਾੜੇ ਦਾ ਮੈਡੀਕਲ ਟੈਸਟ ਕਰਵਾਉਣ ਦੀ ਗੱਲ ਸਾਹਮਣੇ ਆਈ ਤਾਂ ਉਸ ਦਾ ਟੈਸਟ ਕਰਵਾਇਆ ਗਿਆ। ਟੈਸਟ ਕਰਵਾਉਣ ਤੋਂ ਬਾਅਦ ਨਸ਼ੇ ਦੀ ਗੱਲ ਸਾਹਮਣੇ ਆਈ ਅਤੇ ਉਸ ਦੀ ਲੱਤ ਵਿੱਚ ਕੋਈ ਸੱਟ ਨਹੀਂ ਸੀ ਲੱਗੀ ਹੋਈ। ਨਸ਼ੇ ਦਾ ਸੱਚ ਸਾਹਮਣੇ ਆਉਣ ਤੇ ਲੜਕੀ ਪੱਖ ਦੇ ਲੋਕ ਹੈਰਾਨ ਰਹਿ ਗਏ ਅਤੇ ਲੜਕੀ ਨੇ ਦੱਸਿਆ ਕਿ ਰਿਸ਼ਤੇ ਸਮੇਂ ਦੱਸਿਆ ਗਿਆ ਸੀ ਕਿ ਲੜਕਾ ਇਸ ਸਮੇਂ ਕੁਝ ਨਹੀਂ ਕਰਦਾ ਪਰ ਉਹ ਵਿਦੇਸ਼ ਜਾਵੇਗਾ। ਪਤਾ ਲੱਗਾ ਕਿ ਲੜਕਾ ਡਰਾਈਵਰ ਹੈ ਅਤੇ ਨਸ਼ਾ ਵੀ ਕਰਦਾ ਹੈ। ਮੈਂ ਅਜਿਹੇ ਲੜਕੇ ਨਾਲ ਵਿਆਹ ਨਹੀਂ ਕਰ ਸਕਦੀ। ਇਸ ਤੋਂ ਬਾਅਦ ਬਰਾਤ ਨੂੰ ਬਿਨਾਂ ਲਾੜੀ ਦੇ ਹੀ ਵਾਪਸ ਜਾਣਾ ਪਿਆ। ਦੀਨਾਨਗਰ ਤੋਂ ਦੀਪਕ ਦੀ ਰਿਪੋਰਟ। ਇੱਕ ਲੜਕੀ ਸੀ ਸੁਨੀਤਾ ਪੁੱਤਰੀ ਕਮਲ ਸਿੰਘ ਵਾਸੀ ਦੀਨਾਨਗਰ, ਜਿਸ ਦਾ ਕੁਝ ਦਿਨ ਪਹਿਲਾਂ ਕੋਈ ਰਿਸ਼ਤਾ ਹੋਇਆ ਸੀ। ਜਸਪ੍ਰੀਤ ਸਿੰਘ ਸਨ ਆਫ ਬਲਿੰਦਰ ਸਿੰਘ ਜੱਟ ਵਾਸੀ ਮੁਕੇਰੀਆਂ, ਉਹਦਾ ਰਿਸ਼ਤਾ ਆਇਆ ਸੀਗਾ। ਅੱਜ ਕੋਈ ਜਦੋਂ ਬਰਾਤ ਲੜਕੀ ਵਾਲੇ ਵਿਆਹਣ ਵਾਸਤੇ ਆਇਆ ਸੀ, ਕਿਸੇ ਗੱਲ ਤੋਂ ਇਹਨਾਂ ਦਾ ਆਪਸ ਵਿੱਚ ਮਨ ਮੁਟਾਵ ਹੋ ਗਿਆ ਅਤੇ ਲੜਕੀ ਕਹਿੰਦੀ ਕਿ ਲੜਕਾ ਜਿਹੜਾ ਕੋਈ ਨਸ਼ਾ ਵਗੈਰਾ ਕਰਦਾ ਅਤੇ ਮੈਂ ਇਹਦੇ ਨਾਲ ਸ਼ਾਦੀ ਨਹੀਂ ਕਰਨੀ। ਇਸ ਕਰਕੇ ਦੋਨਾਂ ਪਾਰਟੀਆਂ ਜਿਹਨਾਂ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਅਤੇ ਜੋ ਇਹਨਾਂ ਨੇ ਆਪਸ ਵਿੱਚ ਬਹਿ ਕੇ ਉਹਨਾਂ ਦਾ ਮਾਮਲਾ ਜਿਹੜਾ ਸੁਲਝਾ ਦਿੱਤਾ ਗਿਆ ਵਾ ਅਤੇ ਹੁਣ ਦੋਨੇ ਤਰ੍ਹਾਂ ਇਸ ਗੱਲ 'ਤੇ ਸਹਿਮਤੀ ਤਰੀਕੇ ਦੋਨੇ ਸਹਿਮਤ ਹੋ ਗਏ ਨੇ ਕਿ ਅਸੀਂ ਆਪਣੇ ਆਪਣੇ ਘਰ ਜਾਵਾਂਗੇ ਅਤੇ ਸ਼ਾਦੀ ਜਿਹੜੀ ਆ ਅੱਜ ਤੋਂ ਬਾਅਦ ਨਹੀਂ ਮੰਨੀ ਜਾਵੇਗੀ। ਐਸੀ ਚੈੱਕ ਕਰਦੇ ਮਹੀਨਾ ਮਹੀਨਾ ਭਰ ਤਾਂ ਤੁਸੀਂ ਰੱਖੀ ਹੋਏ ਰਿਸ਼ਤਾ ਹੋਇਆ ਉਦੋਂ ਕਰਦੇ ਤੁਸੀਂ ਚੈੱਕ ਨਾ, ਹੁਣ ਸਫੇਰਿਆਂ ਵੇਲੇ ਚੈੱਕ ਕਰ ਰਹੇ ਨੇ, ਉਸ ਤੋਂ ਪਹਿਲੇ ਮਿਲਣੀ ਵੀ ਹੋ ਗਈ ਹੈ, ਅੰਗੂਠੀਆਂ ਵੀ ਐਕਸਚੇਂਜ ਹੋ ਗਈਆਂ ਨੇ, ਤੁਸੀਂ ਹੁਣ ਕਰਦੇ ਪਏ ਹੋ। ਔਰ ਫਿਰ ਉਸ ਤੋਂ ਬਾਅਦ ਅਸੀਂ ਫਿਰ ਕੋਆਪਰੇਟ ਕੀਤਾ, ਕਰੋ ਜਿਹੜਾ ਟੈਸਟ ਕਰਨਾ। ਇਹਨਾਂ ਦੀ ਮੂਡ ਹੀ ਨਹੀਂ ਸੀ ਪਹਿਲੇ ਦਿਨ ਤੇ, ਕੋਈ ਵੀ ਸਮਝਦਾਰ ਤੇ ਨਜ਼ਰ ਆ ਨਹੀਂ ਰਿਹਾ ਇਹਨਾਂ 'ਚੋਂ ਵੀ ਜਿਹੜਾ ਕਹੇ ਕਿ ਹਾਂ ਵੀ ਸੁਣ ਲਈ ਤੁਹਾਡੀ ਗੱਲ। ਤੇ ਹੁਣ ਅਗਰ ਇਹ ਰਿਪੋਰਟ ਲੈ ਲਓ ਤੁਸੀਂ, ਇਹ ਤੁਸੀਂ ਰਿਪੋਰਟ ਲੈ ਲਓ, ਅਗਰ ਇਹ ਰਿਪੋਰਟ ਗਲਤ ਹੈ ਤੁਸੀਂ ਜਿੱਥੇ ਮਰਜ਼ੀ ਛਾਪ ਦੇਣਾ।